Eternal, Eternal. ਹੁਣ ਅਸੀਂ ਚਾਹੁੰਦੇ ਹਾਂ ਇਹ ਬਾਲ ਨੂੰ ਇਹਦੇ ਵਿੱਚੋਂ ਇੱਦਾਂ ਪਾਸ ਕਰਨਾ, ਠੀਕ ਹੈ। ਅਤੇ ਇਹਦੇ ਵਾਸਤੇ ਆਪਾਂ ਕੀ ਕਰਦੇ ਹਾਂ, ਮੇਟ ਦਾ ਰਿਲੇਸ਼ਨ ਦਿੰਦੇ ਹਾਂ। ਇਸ ਫੇਅਰ ਦੇ ਵਿੱਚ ਇੱਕ ਪੁਆਇੰਟ ਲਗਾ ਰੱਖਿਆ ਸਕੈਚ ਦੇ ਵਿੱਚ, ਅਤੇ ਜਦੋਂ ਮੈਂ ਆਹ ਲਾਈਨ ਸਿਲੈਕਟ ਕਰਦਾ ਅਤੇ ਆਹ ਪੁਆਇੰਟ ਸਿਲੈਕਟ ਕਰਦਾ ਅਤੇ ਇਹਦੇ ਸੀਟ 'ਚ ਆ ਜਾਂਦਾ। ਪਰ ਪ੍ਰੋਬਲਮ ਕੀ ਹੁੰਦੀ ਹੈ, ਸੈਂਟਰ ਇਹਦੇ ਵਿੱਚ ਤਾਂ ਆ ਗਿਆ ਪਰ ਇਹ ਇੱਧਰੋਂ ਹਾਂ ਉਹਦੇ ਨਾਲ ਹੀ ਕੋਲੀਨੀਅਰ ਹੋਇਆ। ਆਹ ਪ੍ਰੋਬਲਮ ਸੀਗੀ ਸਾਡੇ ਕੋਲ ਇੱਕ। ਹੁਣ ਇਹਦਾ ਸਲਿਊਸ਼ਨ ਕੀ ਹੈ, ਇਸ ਰਿਲੇਸ਼ਨ ਨੂੰ ਡਿਲੀਟ ਕਰ ਦਿੰਦੇ ਹਾਂ। ਇਹਦਾ ਸਲਿਊਸ਼ਨ ਹੈ ਮੇਟ 'ਚ ਜਾ ਕੇ, ਇੱਥੇ ਆਪਸ਼ਨ ਹੁੰਦੀ ਹੈ ਐਡਵਾਂਸ ਮੇਟ ਦੇ ਵਿੱਚ ਪਾਥ ਮੇਟ। ਪਾਥ ਮੇਟ 'ਚ ਕੀ ਹੈ, ਆਹ ਪੁਆਇੰਟ ਸਿਲੈਕਟ ਕਰੋ, ਠੀਕ ਹੈ। ਅਤੇ ਇਹ ਪਾਥ ਸਿਲੈਕਸ਼ਨ ਦੇ ਵਿੱਚ ਸਿਲੈਕਸ਼ਨ ਮੈਨੇਜਰ ਹੈ, ਸਿਲੈਕਸ਼ਨ ਮੈਨੇਜਰ 'ਚ ਜਾ ਕੇ ਕਰਵ ਸਿਲੈਕਟ ਕਰਨੀ ਹੈ ਕੰਪਲੀਟ। ਇਕੱਲੀ ਇਕੱਲੀ ਵੀ ਸਿਲੈਕਟ ਕਰ ਸਕਦੇ ਉਹ ਇਹਦੇ ਨਾਲ ਹੋਊਗੀ ਸਿਲੈਕਟ ਗਰੁੱਪ ਦੇ ਨਾਲ, ਫਿਰ ਅਸੀਂ ਇਕੱਲੀ ਇਕੱਲੀ ਸਿਲੈਕਟ ਕਰ ਸਕਦੇ, ਠੀਕ ਹੈ। ਓਕੇ ਕਰ ਦਿਓ, ਓਕੇ ਕਰ ਦਿਓ। ਪਾਥ ਕੰਸਟਰੇਨ ਫ੍ਰੀ, ਠੀਕ ਹੈ, ਠੀਕ ਹੈ। ਰੋਲ ਫ੍ਰੀ, ਇਹ ਸਾਰੇ ਫ੍ਰੀ ਕਰਦਾ, ਓਕੇ ਓਕੇ। ਜਿੱਥੋਂ ਤੱਕ ਪਾਤ, ਹਾਂ ਜਿੱਥੇ ਤੱਕ ਪਾਤ ਹੈ ਉੱਥੇ ਤੱਕ ਹੀ ਮੂਵ ਕਰੂਗਾ, ਠੀਕ ਹੈ। ਇੱਕ ਐਗਜ਼ਾਮਪਲ ਆਪਾਂ ਹੋਰ ਦੇਖਦੇ ਹਾਂ, ਬਾਲ ਨੂੰ ਹਾਈਡ ਕਰ ਦਿੰਦਾ। ਇੱਕ ਬਾਕਸ ਹੈ, ਠੀਕ ਹੈ, ਇਹਦੇ ਵਿੱਚ ਵੀ ਆਪਾਂ ਪੁਆਇੰਟ ਲਗਾਇਆ ਹੋਇਆ ਅਤੇ ਇੱਕ ਪੈਰਲਲ ਦਾ ਰਿਲੇਸ਼ਨ ਦਿੱਤਾ ਹੋਇਆ ਇਹਨੂੰ, ਮੈਂ ਐਂ ਨਾ ਕਰੇ ਮਤਲਬ ਇਹ ਪੈਰਲਲ ਰਵੇ ਇਸ ਪਲੇਨ ਦੇ ਨਾਲ, ਠੀਕ ਹੈ। ਬਸ ਸੇਮ ਹੀ ਕਰਨਾ ਮੇਟ ਐਡਵਾਂਸ ਦੇ ਵਿੱਚ ਪਾਥ ਮੇਟ, ਪਾਥ ਮੇਟ ਦੇ ਵਿੱਚ ਇੱਕ ਇੱਥੇ ਵੀ ਪੁਆਇੰਟ ਲਗਾਇਆ ਹੋਇਆ ਅਤੇ ਪਾਥ ਸਿਲੈਕਸ਼ਨ ਦੇ ਵਿੱਚ ਸਿਲੈਕਸ਼ਨ ਮੈਨੇਜਰ, ਇੱਕ ਇੱਕ ਕਰਕੇ ਵੀ ਕਰਦਾ। ਆਹ ਜਿਹੜਾ ਸਿੰਬਲ ਨਜ਼ਰ ਆ ਰਿਹਾ ਕੰਪਲੀਟ, ਹਾਂ ਇਹ ਵੀ ਟੈਂਜੈਂਟ ਦਾ ਹੀ ਹੁੰਦਾ, ਓਕੇ। ਜੇ ਹਟਾਉਣਾ ਹੋਵੇ ਸਿਲੈਕਸ਼ਨ, ਇਹ ਰਿਮੂਵ ਸਿਲੈਕਸ਼ਨ ਹੈ, ਕਲੀਅਰ ਆ, ਛੱਡ ਦੂਗਾ। ਜੇ ਕਲੋਜ ਬਾਉਂਡਰੀ ਹੈ ਤਾਂ ਇਹਦੇ ਨਾਲ ਸਿਲੈਕਟ ਕਰ ਸਕਦੇ, ਹਾਂ ਕਿਉਂਕਿ ਉਹਨੂੰ ਕੋਈ ਲਿੰਕ ਨਹੀਂ ਨਾ ਮਿਲ ਰਿਹਾ, ਇੱਦਾਂ ਦਾ ਹਿੱਲ ਰਿਹਾ। ਇਹ ਰੋਕਣਾ ਹੋਵੇ ਜੇ ਇਹਨੂੰ ਵੀ ਆਪਾਂ ਰੋਕ ਸਕਦੇ ਹਾਂ, ਇੱਕ ਪਾਥ ਮੇਟ ਹੋਰ ਲਾ ਦਿਓ, ਪਾਥ ਮੇਟ ਅਤੇ ਇੱਕ ਪੁਆਇੰਟ ਹੋਰ ਹੋਣਾ, ਫਿਰ ਸਿਲੈਕਸ਼ਨ ਮੈਨੇਜਰ 'ਚ ਜਾ ਕੇ ਇਹਨੂੰ ਸਿਲੈਕਟ ਕਰ ਲਓ। ਦੋ ਪੁਆਇੰਟ ਮਿਲ ਗਏ ਨਾ ਉਹਨੂੰ, ਹੁਣ ਜੇ ਆਪਾਂ ਮੂਵ ਕਰਾਂਗੇ ਠੀਕ। ਇਹ ਸੀਗਾ ਪਾਥ ਮੇਟ, ਨਹੀਂ ਹੋ ਸਕਦਾ ਕਿਉਂਕਿ ਆਪਾਂ ਅਸੈਂਬਲੀ ਕਰ ਹੀ ਇਸ ਵਾਸਤੇ ਰਹੇ, ਨਹੀਂ ਇੱਦਾਂ ਨਹੀਂ ਹੋ ਸਕਦਾ ਵੀ ਜਿੱਥੋਂ ਜਦੋਂ ਇਹਨੂੰ ਇਹਦੀ ਟੱਚ ਫੀਲ ਹੋ ਗਈ ਵੀ ਉੱਥੇ ਰੁਕ ਜਾਣਾ ਹੈ, ਹੋ ਸਕਦਾ ਉੱਥੇ ਮੂਵ ਕੰਪੋਨੈਂਟ ਹੈ ਤਾਂ ਫਰੀ ਡਰੈਗ ਹੈ, ਇੱਥੇ ਕੋਲੀਜ਼ਨ ਡਿਟੈਕਸ਼ਨ
कोलिजन डिटेक्शन जब आप ऑन करते हैं हाईलाइट फेस साउंड चाहिए है इग्नोर कॉम्प्लेक्स सरफेस दिस कॉन्फिगरेशन स्टॉप एट कोलिजन हूँ जितना ही तुम इन मूव करोगे स्टॉप एट कोलिजन बंद हो गया नहीं ऑलरेडी कहते कलीजन हो गया इस करके उन मान नहीं रहे पहले ही पीड़ा हो गया ना इस करके प्रॉब्लम है पर हो जाऊंगा जब आप ऑन कर देंगे ना मैं दिखा तेन कोई होर एग्जाम किसी होर असैम्बली चप्पा दे ये फिलहाल आप कर रहे थे बॉल के नाल रिलेशन है ना बॉल विद पाथ क्लियर